Thank you.
ਸਾਡਾ ਜੀਵਨ ਸੁਖੀ ਹੋ ਜਾਵੇ ਜੇ ਸਤਗੁਰ ਦਾ ਭਾਣਾ ਮੰਨ ਲਈਏ। ਅਸੀਂ ਭਾਣਾ ਨਹੀਂ ਮੰਨਦੇ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ, ਸਾਡਾ ਵਿਸ਼ਵਾਸ ਅਡੋਲ ਡੁੱਲ ਜਾਂਦਾ ਹੈ, ਬੜੀ ਜਲਦੀ ਡੋਲਦਾ ਹੈ, ਅਡੋਲ ਨਹੀਂ। ਜਿਸਨੇ ਵਿਸ਼ਵਾਸ ਕੀਤਾ ਹੈ ਸਤਿਗੁਰਾਂ ਨੇ ਕਿਰਪਾ ਕੀਤੀ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆਈ ਹੈ, ਇੱਕ ਰਿਆਸਤ ਦਾ ਰਾਜਾ ਪੁੱਤਰ ਨਹੀਂ ਕੀਤਾ, ਲੇਕਿਨ ਰਿਆਸਤ ਦਾ ਰਾਜਾ ਹੈ, ਅੱਗੋਂ ਕੌਣ ਸੰਭਾਲੇਗਾ ਰਿਆਸਤ ਨੂੰ? ਕਦੀ ਕਿਸੇ ਪਾਸ ਜਾਂਦਾ ਹੈ, ਕਦੀ ਕਿਸੇ ਪਾਸ ਜਾਂਦਾ ਹੈ, ਅਤੇ ਮੈਨੂੰ ਪੁੱਤਰ ਦੀ ਦਾਤ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ, ਮੈਨੂੰ ਪੁੱਤਰ ਕਿਸ ਤਰ੍ਹਾਂ ਮਿਲੇਗਾ? ਕਦੀ ਹੱਥ ਦੇਖਣ ਵਾਲਿਆਂ ਕੋਲੋਂ ਜਾਂਦਾ ਹੈ, ਕਦੀ ਕਿਸੇ ਕੋਲ ਜਾਂਦਾ ਹੈ। ਇੱਕ ਜਗ੍ਹਾ ਤੋਂ ਉਸਨੂੰ ਸਲਾਹ ਮਿਲੀ, ਮੈਂ ਟੁੱਕ ਮਾਤਰ ਕਿਉਂਕਿ ਸਮਾਂ ਬਹੁਤ ਘੱਟ ਹੈ, ਇੱਕ ਜਗ੍ਹਾ ਤੋਂ ਸਲਾਹ ਮਿਲੀ ਕਿ ਰਾਜਾ ਜੇਕਰ ਤੂੰ ਕਿਸੇ ਬੱਚੇ ਦੀ ਬਲੀ ਦੇ ਦੇਵੇਂਗਾ ਨਾ ਤਾਂ ਤੇਰੇ ਘਰ ਪੁੱਤਰ ਹੋ ਗਏ ਬੱਚੇ ਦੀ ਬਲੀ। ਰਿਆਸਤ ਦੇ ਵਿੱਚ ਢਿਡੋਰਾ ਪਟਵਾ ਦਿੱਤਾ ਕਿ ਜੋ ਮੈਨੂੰ ਬੱਚਾ ਦੇਵੇਗਾ ਨਾ ਮੈਂ ਉਸਦਾ ਘਰ ਭਰ ਦੇਵਾਂਗਾ, ਬਹੁਤ ਕੁਝ ਦੇਵਾਂਗਾ, ਉਸਨੂੰ ਜ਼ਿੰਦਗੀ ਭਰ ਖਾਣ ਦੇ ਲਈ ਮੈਂ ਉਸਦੇ ਘਰ ਵਿੱਚ ਸੁਲ ਦੇਵਾਂਗਾ। ਇੱਕ ਗਰੀਬ ਪਰਿਵਾਰ, ਚਾਰ ਬੱਚੇ ਹਨ, ਤਿੰਨ ਬੱਚੇ ਕਾਰੋਬਾਰ ਕਰਦੇ ਹਨ, ਇੱਕ ਬੱਚਾ ਕਾਰੋਬਾਰ ਵੀ ਕਰਦਾ ਹੈ ਲੇਕਿਨ ਅਕਾਲ ਪੁਰਖ ਨਾਲ ਜੁੜ ਕੇ ਰਹਿੰਦਾ, ਸੇਵਾ ਕਰਦਾ ਹੈ, ਸੇਵਾ ਵੀ ਕਰਦਾ ਹੈ, ਨੌਕਰੀ ਪੇਸ਼ਾ ਵੀ ਕਰਦਾ ਹੈ, ਪਰ ਘਰ ਵਾਲੇ ਉਸ ਤੋਂ ਖੁਸ਼ ਨਹੀਂ। ਘਰ ਵਾਲੇ ਜਦੋਂ ਖੁਸ਼ ਨਹੀਂ ਨਾ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਚਲੋ ਸਾਡਾ ਘਰ ਤਾਂ ਭਰ ਜਾਵੇਗਾ, ਗਰੀਬੀ ਦੂਰ ਹੋ ਜਾਵੇਗੀ, ਇਸ ਬੱਚੇ ਨੂੰ ਅਸੀਂ ਅਰਪਣ ਕਰ ਦਿੰਦੇ ਹਾਂ ਬਲੀ ਦੇ ਲਈ ਪਾਤਸ਼ਾਹ ਦੇ ਅੱਗੇ ਪਾ। ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਨੂੰ ਫਾਂਸੀ ਜਾਂ ਸਜ਼ਾ ਦੇਣੀ ਹੁੰਦੀ ਹੈ ਅਤੇ ਉਸਨੂੰ ਉਸਦੀ ਆਖਰੀ ਖਾਹਿਸ਼ ਪੁੱਛੀ ਜਾਂਦੀ ਹੈ, ਵੀ ਤੇਰੀ ਆਖਰੀ ਖਾਹਿਸ਼ ਕੀ ਹੈ? ਬਲੀ ਦਾ ਸਮਾਂ ਆਇਆ, ਰਾਜਾ ਪਾਸ ਬੈਠ ਗਿਆ ਅਤੇ ਬੱਚੇ ਨੂੰ ਪੁੱਛਦਾ ਹੈ ਭਾਈ ਤੇਰਾ ਆਖਰੀ ਸਮਾਂ ਆ ਗਿਆ ਹੈ ਬਲੀ ਦੇਣ ਦਾ, ਤੇਰੀ ਆਖਰੀ ਖਾਹਿਸ਼ ਕੀ ਹੈ? ਕਿਉਂਕਿ ਜੋ ਮਾਲਕ ਨਾਲ ਜੁੜਿਆ ਹੋਇਆ ਹੈ, ਭਾਵੇਂ ਅਸੀਂ ਦੁਨੀਆਂ ਦੇ ਕਾਰੋਬਾਰ ਕਰਦੇ ਹਾਂ ਪਰ ਮੈਂ ਬੇਨਤੀ ਕਰਾਂਗਾ ਮਾਲਕ ਨਾਲ ਜੁੜ ਕੇ ਰਹਿਣਾ, ਭਾਈ ਮਾਲਕ ਨਾਲ ਜੁੜ ਕੇ ਰਹਿਣਾ। ਜੇ ਚਲਦੇ ਜਾਂਦੇ ਹੋ ਤਾਂ ਵਾਹਿਗੁਰੂ ਦਾ ਜਾਪ ਜਪੋ, ਜੇ ਬੀਬੀਆਂ ਖਾਣਾ ਬਣਾ ਰਹੀਆਂ ਵਾਹਿਗੁਰੂ ਦਾ ਜਾਪ, ਆਟਾ ਗੁੰਨ ਰਹੇ ਵਾਹਿਗੁਰੂ ਦਾ ਜਾਪ ਜਪੋ। ਇਹ ਤਾਂ ਜੀਬਾ ਨੇ ਬੋਲਣਾ ਹੈ, ਜਾਪ ਹੱਥਾਂ ਨੇ ਨਹੀਂ, ਇਹ ਜੀਬਾ ਨੇ ਕਰਨਾ ਜਾਪ। ਮੈਂ ਬੇਨਤੀ ਜ਼ਰੂਰ ਕਰਾਂਗਾ, ਬੱਚਾ ਕਹਿੰਦਾ ਮੇਰੀ ਖਾਸ ਹੈ, ਦੱਸੋ ਬੇਟਾ ਕੀ ਖਾਸ ਹੈ ਤੁਹਾਡੀ? ਕਹਿੰਦੇ ਇੱਕ ਬੋਰੀ ਇੱਕ ਗੋਨੀ ਰੇਤਾ ਦੀ ਮੰਗਾ ਦਿਓ। ਰੇਤਾ ਦੀ ਗੋਨੀ ਮੰਗਾਈ, ਰੇਤਾ ਜ਼ਮੀਨ 'ਤੇ ਰੱਖੀ ਅਤੇ ਉਸ ਬੱਚੇ ਨੇ ਚਾਰ ਢੇਰੀਆਂ ਬਣਾਈਆਂ, ਚਾਰ ਢੇਰੀਆਂ, ਚਾਰ ਢੇਰੀਆਂ ਬਣਾਈਆਂ। ਹਾਂ ਵੀ ਹੁਣ ਕਹਿੰਦਾ ਬੈਠ ਜਾ ਬਾਦਸ਼ਾਹ। ਬਾਦਸ਼ਾਹ ਜੀ ਬੈਠ ਕੇ ਪਹਿਲੀ ਢੇਰੀ ਢਾ ਦਿੱਤੀ। ਜਦੋਂ ਪਹਿਲੀ ਢੇਰੀ ਢਾਈ ਤੇ ਬਾਦਸ਼ਾਹ ਪੁੱਛਦਾ ਹੈ ਇਹ ਤੂੰ ਢੇਰੀ ਕਾਹਦੀ ਢਾਈ? ਬੱਚਾ ਬੜਾ ਸੋਹਣਾ ਜਵਾਬ ਦਿੰਦਾ, ਕਹਿੰਦਾ ਇਹ ਮੈਂ ਆਪਣੇ ਮਾਤਾ ਪਿਤਾ ਦੀ ਢੇਰੀ ਢਾ ਦਿੱਤੀ ਕਿ ਜਿਹੜੇ ਮਾਂ ਪਿਓ ਰੱਖਿਆ ਕਰਦੇ ਨੇ ਉਹ ਮੈਨੂੰ ਬਲੀ ਦੇ ਲਈ ਦੇ ਰਹੇ ਨੇ, ਮੇਰੇ ਮਾਤਾ ਪਿਤਾ ਕੋਈ ਨਹੀਂ ਹੈ ਜਿਹੜੇ ਮੈਨੂੰ ਬਲੀ ਦੇ ਚਲਾ ਰਹੇ ਨੇ। ਫਿਰ ਦੂਜੀ ਢੇਰੀ ਢਾ ਦਿੱਤੀ, ਭਾਈ ਦੂਜੀ ਢੇਰੀ ਕਿਉਂ ਢਾਈ?
ਕਹਿੰਦੇ ਬਾਦਸ਼ਾਹ ਦੂਜੀ ਢੇਰੀ ਮੈਂ ਆਪਣੇ ਰਿਸ਼ਤੇਦਾਰਾਂ ਦੀ ਢਾਕਤੀ ਜਿਹਨਾਂ ਨੇ ਰੋਕਿਆ ਨਹੀਂ ਮੇਰੇ ਮਾਂ ਪਿਓ ਨੂੰ ਭਾਈ ਇਹਨੂੰ ਬਲੀ ਦੇ ਲਈ ਦੇ ਦਿਓ, ਇਹਨਾਂ ਰੋਕਿਆ ਨਹੀਂ ਮੇਰੇ ਰਿਸ਼ਤੇਦਾਰੀ ਵੀ ਮੇਰੀ ਖਤਮ ਹੋ ਗਈ। ਫਿਰ ਤੀਸਰੀ ਢੇਰੀ ਢਾਈ, ਕਹਿੰਦੇ ਵੀ ਤੀਸਰੀ ਢੇਰੀ ਕਿਉਂ ਢਾਈ? ਕਹਿੰਦੇ ਬਾਦਸ਼ਾਹ ਤੀਸਰੀ ਢੇਰੀ ਮੈਂ ਤੁਹਾਡੇ ਨਾਂ ਦੀ ਢਾ ਦਿੱਤੀ ਹੈ। ਕਹਿੰਦੇ ਮੇਰੇ ਨਾਂ ਦੀ ਕਿਉਂ? ਕਹਿੰਦੇ ਬਾਦਸ਼ਾਹ ਤੇ ਪਬਲਿਕ ਦੀ ਰੱਖਿਆ ਕਰਦਾ ਹੈ ਤੇ ਤੂੰ ਮੈਨੂੰ ਬਲੀ ਦੇ ਚੜ੍ਹਾਉਣ ਲੱਗਾ, ਤੂੰ ਬਾਦਸ਼ਾਹ ਕਾਹਦਾ ਹੈ? ਤੂੰ ਬਾਦਸ਼ਾਹ ਕਾਹਦਾ ਹੈ? ਫਿਰ ਚੌਥੀ ਢੇਰੀ ਉਸਨੇ ਨਹੀਂ ਢਾਈ। ਫਿਰ ਬਾਦਸ਼ਾਹ ਪੁੱਛਦਾ ਤੂੰ ਚੌਥੀ ਢੇਰੀ ਕਿਉਂ ਨਹੀਂ ਢਾਈ? ਤੇ ਕਹਿੰਦਾ ਹੈ ਬੱਚਾ, ਕਹਿੰਦਾ ਬਾਦਸ਼ਾਹ ਮੈਨੂੰ ਉਸ ਪ੍ਰਭੂ ਪਰਮਾਤਮਾ 'ਤੇ ਵਿਸ਼ਵਾਸ ਹੈ ਕਿ ਉਹ ਮੇਰਾ ਵਾਲ ਵਿੰਗਾ ਨਹੀਂ ਹੋਣ ਦੇਵੇਗਾ, ਮੇਰਾ ਵਿਸ਼ਵਾਸ ਹੈ ਉਸਦੇ ਉੱਪਰ, ਉਹ ਮੇਰਾ ਵਾਲ ਨਹੀਂ ਵਿੰਗਾ ਹੋਣ ਦੇਵੇਗਾ, ਭਰੋਸਾ ਪੂਰਾ ਵਿਸ਼ਵਾਸ। ਜਦੋਂ ਅਸੀਂ ਡੋਲ ਜਾਂਦੇ ਹਾਂ ਨਾ ਸਾਡਾ ਵਿਸ਼ਵਾਸ ਟੁੱਟ ਜਾਂਦਾ ਹੈ। ਉਹ ਬਾਦਸ਼ਾਹ ਬੜਾ ਹੈਰਾਨ ਹੋਇਆ ਗੱਲ ਸੁਣ ਕੇ, ਹੈਰਾਨ ਹੋਇਆ ਅਤੇ ਸੋਚਦਾ ਹੈ ਕਿ ਮੈਂ ਇਹ ਬੱਚਾ ਇਹਨਾਂ ਹੋਰ ਹਰ ਬੱਚਾ ਹੈ ਜਿਸਨੇ ਇਤਨੇ ਸੁੰਦਰ ਜਵਾਬ ਦਿੱਤੇ ਨੇ ਕਿ ਕਿਉਂ ਨਾ ਹੋਵੇ ਮੈਂ ਇਸ ਬੱਚੇ ਨੂੰ ਹੀ ਆਪਣਾ ਬੱਚਾ ਬਣਾ ਲਵਾਂ। ਪਤਾ ਨਹੀਂ ਇਹਦੀ ਬਲੀ ਦੇਣ ਦੇ ਨਾਲ ਬੱਚਾ ਮੈਨੂੰ ਮਿਲਦਾ ਕਿ ਨਹੀਂ ਮਿਲਦਾ, ਮੈਂ ਇਸ ਨੂੰ ਕਿਉਂ ਨਾ ਆਪਣਾ ਬੱਚਾ ਬਣਾ ਲਵਾਂ। ਭਰੋਸਾ ਪੂਰਾ ਹੋਇਆ ਉਸ ਬੱਚੇ ਦਾ ਅਤੇ ਬਾਦਸ਼ਾਹ ਨੇ ਉਸ ਬੱਚੇ ਨੂੰ ਅਪਣਾ ਕੇ ਗੱਦੀ 'ਤੇ ਬਿਠਾ ਦਿੱਤਾ। ਗੱਦੀ 'ਤੇ ਜਿੱਥੇ ਬਲੀ ਦੇਣੀ ਸੀ ਉੱਥੇ ਗੱਦੀ ਪ੍ਰਾਪਤ ਹੋ ਗਈ, ਕਿਉਂਕਿ ਹੁਕਮ ਨਹੀਂ ਸੀ ਮਾਲਕ ਦਾ, ਮਾਲਕ ਦਾ ਹੁਕਮ ਨਹੀਂ ਸੀ ਹੋਇਆ, ਉਹ ਕਲਮ ਅਜੇ ਲਿਖੀ ਨਹੀਂ ਸੀ ਗਈ ਜਿਸਦੇ ਨਾਲ ਉਸਦੀ ਮੌਤ ਹੁੰਦੀ। ਪ੍ਰਮਾਣ ਹੈ ਗੁਰਬਾਣੀ ਦਾ